ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਗੁਰਦਾਸ ਮਾਨ ਨੂੰ ਜੋ ਇੱਕ ਪੁਰਸਕਾਰ ਬੀਤੇ ਦਿਨੀ ਅਨਾਊਂਸ ਕੀਤਾ ਗਿਆ ਸੀ, ਉਸ ਮਗਰੋਂ ਮੁਖਾਲਫਤ ਕਾਫੀ ਹੋਈ ਸੀ, ਉਹ ਪੁਰਸਕਾਰ ਵਾਪਸ ਲੈ ਲਿਆ ਗਿਆ ਜੀ ਹੁਣ? ਜੀ ਬਿਲਕੁਲ, ਦੇਖੋ ਉਹਦੇ 'ਚ ਕੀ ਸੀਗਾ ਕਿ ਪੁਰਸਕਾਰ ਦਿੱਤਾ ਨਹੀਂ ਸੀਗਾ, ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀਗਾ, ਪਰ ਮੁਖਾਲਫਤ ਜਿਵੇਂ ਤੁਸੀਂ ਕਿਹਾ ਇਹ ਸ਼ਬਦ ਇਸਤੇਮਾਲ ਕੀਤਾ, ਤਾਂ ਮੁਖਾਲਫਤ ਮਾਨ ਦਾ ਖੜਾ ਛੱਡ ਹੀ ਨਹੀਂ ਰਹੀ। ਜੇ ਆਪਾਂ ਦੇਖੀਏ ਤਾਂ ਕਈ ਮਹੀਨੇ ਹੋ ਗਏ ਨੇ ਹੁਣ, ਤਾਂ ਇਨਫੈਕਟ ਕਈ ਸਾਲ ਹੋ ਗਏ ਨੇ ਕਿ ਗੁਰਦਾਸ ਮਾਨ ਦੇ ਇੱਕ ਬਿਆਨ ਤੋਂ ਬਾਅਦ ਐਸੀ ਮੁਖਾਲਫਤ ਸ਼ੁਰੂ ਹੋਈ ਕਿ ਮਾਨ ਸਾਹਿਬ ਦੀ ਮੁਖਾਲਫਤ ਹੁਣ ਖੈੜਾ ਉਹਨਾਂ ਦਾ ਨਹੀਂ ਛੱਡ ਰਹੀ। ਤਾਂ ਇਹ ਇੱਕ ਵਕਾਰੀ ਪੁਰਸਕਾਰ ਸੀ ਜੋ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੂੰ ਅਨਾਊਂਸ ਹੋਇਆ ਸੀਗਾ ਦੇਣ ਵਾਸਤੇ, ਪਰੰਤੂ ਉਹ ਜਿਹੜਾ ਇਹਨਾਂ ਨੂੰ ਵਾਰਸ਼ਾਹ ਫਾਊਂਡੇਸ਼ਨ ਵੱਲੋਂ ਮਿਲਣਾ ਸੀਗਾ ਪੁਰਸਕਾਰ, ਉਹ ਕਹਿੰਦੇ ਜੀ ਹੁਣ ਆਪਾਂ ਨਹੀਂ ਦੇਵਾਂਗੇ, ਤੇ ਦੇਵਾਂਗੇ ਹੁਣ ਬਾਬਾ ਗਰੁੱਪ ਦੇ ਸੂਫੀ ਗਾਇਕਾਂ ਨੂੰ ਇਹ ਅਵਾਰਡ। ਇਹਦਾ ਮਤਲਬ ਇਹ ਆ ਕਿ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਮੁਖਾਲਫਤ, ਤਾਂ ਉਹ ਹੌਲੀ ਹੌਲੀ ਉੱਥੋਂ ਤੱਕ ਪਹੁੰਚੀ। ਉਹਨਾਂ ਨੇ ਰੋਸ ਦਿੱਤਾ ਆ ਕਿ ਇਹ ਇੱਥੇ ਇੱਕ ਭਾਸ਼ਾ ਦਾ ਸਮਰਥਨ ਕਰਦੇ ਆ, ਹਾਲਾਂਕਿ ਇਹਨਾਂ ਨੇ ਉਹਦੇ ਤੇ ਆਪਣੀ ਸਫਾਈ ਵੀ ਦਿੱਤੀ ਆ। ਪਰ ਮੇਰਾ ਮੰਨਣਾ ਆ ਕਿ ਮਾਨ ਸਾਹਿਬ ਨੂੰ ਖੁੱਲ ਕੇ ਇਸ ਮੁੱਦੇ ਨੂੰ ਨਿਬੇੜ ਲੈਣਾ ਚਾਹੀਦਾ, ਖੁੱਲ ਦਿਲੀ ਨਾਲ ਦੂਜਿਆਂ ਨੂੰ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਜੇ ਕੋਈ ਆਪਣੀ ਗੱਲ ਤੇ ਅਫਸੋਸ ਪ੍ਰਗਟਾਉਂਦਾ ਹੈ ਤਾਂ। ਕਿਉਂਕਿ ਦੇਖੋ ਮਾਨ ਸਾਹਿਬ ਦਾ ਮਨੋਰੰਜਨ ਜਗਤ ਦੇ ਵਿੱਚ ਬਹੁਤ ਸਤਿਕਾਰ ਸੀਗਾ, ਬਹੁਤ ਕੁਛ ਉਹਨਾਂ ਨੇ ਹਾਸਲ ਵੀ ਕੀਤਾ, ਖੱਟਿਆ ਵੀ, ਪਰ ਜੋ ਉਹ ਬਿਆਨ ਸੀਗਾ ਵਿਜੇ ਜੀ, ਉਸ ਬਿਆਨ ਨੂੰ ਵੀ ਜਸਟੀਫਾਈਬਲ ਕਰਨਾ ਬਹੁਤ ਔਖਾ ਹੈ। ਜੀ, ਉਹ ਵਿਰੋਧ ਕਰਨ ਵਾਲਿਆਂ ਚੋਂ ਪਹਿਲੇ ਬੰਦਿਆਂ ਚੋਂ ਮੈਂ ਸੀਗਾ ਮੇਨ ਸਟ੍ਰੀਮ ਦੇ ਚੈਨਲਾਂ ਤੇ ਆ ਕੇ, ਤਾਂ ਉਹਦੇ ਪਿੱਛੇ ਲੌਜਿਕ ਸਨ, ਕਈ ਕਾਰਨ ਸਨ। ਤਾਂ ਤੁਸੀਂ ਦੇਖਿਆ ਹੀ ਨਾ ਬਾਅਦ ਚ ਸਾਊਥ ਚ ਵੀ ਕਿਵੇਂ ਰੌਲਾ ਪਿਆ ਇਹਨਾਂ ਚੀਜ਼ਾਂ ਦਾ, ਤਾਂ ਸਾਊਥ ਦੇ ਵਿੱਚ ਵੈਸੇ ਵੀ ਅੰਦੋਲਨ ਹੁੰਦੇ ਰਹੇ ਨੇ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਮੁੱਦਾ ਇੱਕ ਮੌਕੇ ਤੇ ਜਾ ਕੇ, ਇੱਕ ਮੁਕਾਮ ਤੇ ਜਾ ਕੇ ਨਿਬੜਨਾ ਚਾਹੀਦਾ ਸੀ, ਜਿਹੜਾ ਨਹੀਂ ਨਿਬੜਿਆ। ਤੇ ਅੱਜ ਗੱਲ ਇੱਥੋਂ ਤੱਕ ਚਲੇ ਗਈ ਆ ਕਿ ਕਿਸੇ ਬਾਹਰਲੇ ਮੁਲਕ ਦੇ ਵਿੱਚੋਂ ਵੀ ਜੇ ਅਵਾਰਡ ਅਨਾਊਂਸ ਹੁੰਦਾ ਹੈ ਤਾਂ ਉਹਦੇ ਤੇ ਵੀ ਮੁਖਾਲਫਤ ਦੀ ਗਾਜ ਡਿੱਗਦੀ ਆ, ਤੇ ਇੱਧਰ ਜੇ ਕਿਤੇ ਸ਼ੋਅ ਬੁੱਕ ਹੁੰਦੇ ਆ ਤੇ ਉੱਥੇ ਵੀ ਤੁਹਾਨੂੰ ਪਤਾ ਮੁਖਾਲਫਤ ਜਿਹੜੀ ਆ ਉਹ ਆੜੇ ਆਏਗੀ। ਬਿਲਕੁਲ ਬਿਲਕੁਲ ਮਿੰਟੂ ਜੀ। ਅੱਛਾ, ਇੱਕ ਇਹ ਦੱਸਿਓ, ਇੱਕ ਪੁਲਿਸ ਆਫਿਸਰ ਜਿਸਨੇ ਕਿ ਸਿੱਧੂ ਮੂਸੇਵਾਲੇ ਨੂੰ ਅੱਤਵਾਦੀ ਕਹਿ ਦਿੱਤਾ ਸੀ ਜੀ, ਉਸਨੇ ਮਾਫ਼ੀ ਮੰਗੀ ਹੈ ਜੀ ਹੁਣ? ਹਾਂਜੀ ਬਿਲਕੁਲ, ਮਾਫ਼ੀ ਮੰਗਣੀ ਪਈ ਆ। ਬੇਸਿਕਲੀ ਇਹ ਜਿਹੜੇ ਕੁਛ ਪੁਲਿਸ ਕਰਮਚਾਰੀ ਆ, ਮੈਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਨੂੰ ਕਿਉਂ ਰੱਖਿਆ ਗਿਆ, ਜਿਹਨਾਂ ਨੂੰ ਇਹ ਨਹੀਂ ਪਤਾ ਕਿ ਅੱਤਵਾਦੀ ਕੌਣ ਹੈ। ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਕਈ ਵਾਰ ਤੁਸੀਂ ਧਾਰਨਾ ਬਣਾ ਕੇ ਚੱਲਦੇ ਹੋ ਨਾ, ਜਦੋਂ ਤੁਹਾਨੂੰ ਕਾਨੂੰਨ ਦੀ ਜਾਣਕਾਰੀ ਫਿਰ ਘੱਟ ਰਹਿ ਜਾਂਦੀ ਹੈ, ਧਾਰਨਾ ਆਧਾਰਿਤ ਤੁਸੀਂ ਉਹ ਗੱਲਾਂ ਜ਼ਿਆਦਾ ਕਰਦੇ ਜੀ। ਮਸਲਨ ਆਪਾਂ 9/11 ਤੋਂ ਬਾਅਦ ਦੇਖਿਆ ਨਾ ਕਿ ਕਿਸ ਤਰ੍ਹਾਂ ਕੁਛ ਥਾਵਾਂ ਤੇ ਸਿੱਖਾਂ ਤੇ ਵੀ ਅਟੈਕ ਹੋ ਗਏ ਸਨ, ਕਿਉਂਕਿ ਇੱਕ ਦਿੱਖ ਦੀ ਧਾਰਨਾ ਬਣ ਗਈ ਕਿ ਇਹ ਤਾਂ ਲੋਕ ਜਾਤ ਦੀ ਨੇ, ਅੱਤਵਾਦੀ ਨੇ ਜੀ, ਪਰ ਐਸਾ ਕੁਛ ਨਹੀਂ ਸੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ, ਕਦੇ ਕਦੇ ਇੱਦਾਂ ਲੱਗਦਾ ਕਿ ਇਹਨਾਂ ਦੇ ਮਾਇੰਡ ਦੇ ਵਿੱਚ ਜਿਹੜੀਆਂ ਨੇ ਕਿ ਪੱਗ ਬੰਨਣ ਵਾਲੇ ਜਾਂ ਇਹ ਸਾਰੇ ਖਾਲਿਸਤਾਨੀ ਜਾਂ ਇਹ ਅੱਤਵਾਦੀ ਇਸ ਤਰ੍ਹਾਂ ਦੇ ਨੇ ਜੀ, ਤਾਂ ਉਹ ਚੀਜ਼ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਹੈ। ਵੈਸੇ ਤਾਂ ਇਹਨਾਂ ਚੀਜ਼ਾਂ ਤੇ ਚਲੋ ਬੜਾ ਵੱਡਾ ਡਿਬੇਟ ਹੋ ਸਕਦਾ ਆ, ਪਰ ਕਿਉਂਕਿ ਅੱਤਵਾਦੀ ਜਿਹੜੀ ਇੱਕ ਸ਼ਬਦ ਦੀ ਪਰਿਭਾਸ਼ਾ ਹੈ, ਉਸਨੂੰ ਜੇ ਤੁਸੀਂ ਵੇਖੋਗੇ ਤਾਂ ਅੱਤਵਾਦੀ ਸ਼ਬਦ ਕਹਿੰਦੇ ਕਿ ਪਹਿਲੀ ਵਾਰ ਯਹੂਦਾ ਦਾ ਇੱਕ ਗਰੁੱਪ ਸੀਗਾ ਜਿਸਨੇ ਰੋਮਨ ਸਾਮਰਾਜ ਤੇ ਅਟੈਕ ਸ਼ੁਰੂ ਕੀਤੇ ਸੀਗੇ 1st ਸਦੀ ਈਸਾ ਪੂਰਵ ਜੀ, ਤਾਂ ਉਸ ਵੇਲੇ ਇਹ ਸ਼ਬਦ ਜਿਹੜਾ ਹੋਂਦ ਚ ਆਉਂਦਾ, ਤੇ ਇਸ ਸ਼ਬਦ ਦਾ ਜਿਹੜਾ ਵਿਆਖਿਆ ਹੈ ਉਹ ਇਸ ਪੱਖ ਤੋਂ ਲਈ ਜਾਂਦੀ ਹੈ ਕਿ ਕੋਈ ਕਿਸੇ ਸਰਕਾਰ ਨੂੰ ਹਿੰਸਕ ਤਰੀਕੇ ਨਾਲ ਉਖਾੜ ਕੇ ਆਪਣੀ ਸੱਤਾ ਉੱਥੇ ਸਥਾਪਿਤ ਕਰਨਾ ਚਾਹੁੰਦਾ ਹੈ। ਵੈਸੇ ਇੰਟਰਨੈਸ਼ਨਲੀ ਜੇ ਦੇਖੋਗੇ ਤਾਂ ਇਸ ਮਤਲਬ ਕਿ ਸ਼ਬਦ ਦੀ ਜਿਹੜੀ ਵਿਆਖਿਆ ਉਹ ਇੱਕ ਸਾਰ ਸਹਿਮਤੀ ਨਹੀਂ ਹੈ ਉਹਦੇ ਤੇ। 1996 ਚ ਯੂਨਾਈਟਡ ਨੇਸ਼ਨ ਚ ਇੰਡੀਆ ਨੇ ਇਹ ਮੁੱਦਾ ਵੀ ਚੁੱਕਿਆ ਹੋਇਆ ਜੀ ਕਿ ਇੱਕ ਸਾਰ ਇਸ ਵਿਆਖਿਆ ਤੈਅ ਹੋ ਜਾਣੀ ਚਾਹੀਦੀ ਆ। ਤਾਂ ਇਸੇ ਤਰ੍ਹਾਂ ਮਿਲੀਟੈਂਟ ਸ਼ਬਦ ਆ, ਇਸੇ ਤਰ੍ਹਾਂ ਉਗਰਵਾਦੀ ਸ਼ਬਦ ਆ, ਇਸ ਤਰ੍ਹਾਂ ਵੱਖਵਾਦੀ ਸ਼ਬਦ ਆ। ਗੱਲ ਇਹ ਆ ਕਿ ਉਹ ਅਲੱਗ ਅਲੱਗ ਸ਼ਬਦਾਂ ਦੀ ਵਿਆਖਿਆ, ਜੇ ਇੱਕ SHO ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਵਿਜੇ ਜੀ, ਜਾਂ ਕਿਸੇ ਪੱਤਰਕਾਰ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ, ਤਾਂ ਮੇਰੇ ਖਿਆਲ ਦੇ ਨਾਲ ਇਹ ਬਦਕਿਸਮਤੀ ਵਾਲੀ ਗੱਲ ਆ, ਤੇ ਇਹ ਸਾਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ। ਇਹ ਵਾਰੀ ਵਾਰੀ ਮੌਕੇ ਆਉਂਦੇ ਆ, ਜਦੋਂ ਇਸ ਤਰ੍ਹਾਂ ਕਿਸੇ ਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ, ਕਿਸੇ ਨੂੰ ਵੱਖਵਾਦੀ ਕਹਿ ਦਿੱਤਾ ਜਾਂਦਾ, ਤੇ ਇਹਨੇ ਮਾਫ਼ੀ ਜ਼ਰੂਰ ਮੰਗੀ ਆ। ਇਹ ਜਮਸ਼ੇਦਪੁਰ ਦੇ ਲਾਗੇ ਸੀਤਾ ਰਾਮ ਡੇਰਾ ਇੱਕ ਜਗ੍ਹਾ ਹੈ, ਉੱਥੋਂ ਦਾ SHO ਆ, ਜਿਸਨੇ ਕਿਹਾ ਕਿ ਮੈਂ ਬਾਅਦ 'ਚ ਚੈੱਕ ਕੀਤਾ ਜੀ, ਇਹ ਤੇ ਨੌਜਵਾਨਾਂ ਦਾ ਆਦਰਸ਼ ਆ ਜੀ, ਬਾਅਦ ਦੇ ਵਿੱਚ ਹੁਣ ਮਾਫ਼ੀ
ਜ਼ਰੂਰ ਮੰਗਿਆ, ਪਰ ਬਲਕੌਰ ਸਿੰਘ ਸਿੱਧੂ ਦਾ ਕਹਿਣਾ ਆ ਕਿ ਉੱਥੋਂ ਦੀ ਯਾਨੀ ਝਾਰਖੰਡ ਦੀ ਜਿਹੜੀ ਸਮੁੱਚੀ ਪੁਲਿਸ ਆ ਉਹਨਾਂ ਨੂੰ ਮਾਫ਼ੀ ਮੰਗਣ ਦੀ ਜ਼ਰੂਰਤ ਹੈ ਕਿ ਸਾਰੀ ਪੁਲਿਸ ਮਾਫ਼ੀ ਮੰਗੇ ਕਿ ਇਹਨੇ ਬਹੁਤ ਗਲਤ ਕੰਮ ਕੀਤਾ। ਸਾਰੀ ਪੁਲਿਸ ਤੇ ਸ਼ਾਇਦ ਨਹੀਂ ਮਾਫ਼ੀ ਮੰਗੇਗੀ, ਪਰ ਉਹ ਆਫਿਸਰ ਜ਼ਰੂਰ ਮੰਗਿਆ। ਜੀ ਮਿੰਟੂ ਜੀ, ਜਿਹੜਾ ਦੱਸਿਓ ਹੁਣ ਇੱਕ ਹੋਰ ਕਿਸਾਨ ਦੀ ਲੱਤ ਕੱਟੀ ਗਈ ਹੈ ਜੀ, ਜਿਹੜਾ ਉਹ ਚੰਡੀਗੜ੍ਹ ਵਾਲੇ ਵੱਲ ਨੂੰ ਰੁੱਖ ਕਰ ਰਹੇ ਸੀ ਕਿਸਾਨ, ਅਤੇ ਤੁਸੀਂ ਇੱਕ ਦਿਨ ਉਹਦੇ ਬਾਰੇ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਇੱਕ ਉਹ ਹਾਦਸਾ ਵਾਪਰਿਆ ਸੀ ਅਤੇ ਇੱਕ ਕਿਸਾਨ ਦੀ ਮੌਤ ਵੀ ਹੋਈ ਸੀ, ਹੁਣ ਇੱਕ ਹੋਰ ਕਿਸਾਨ ਦੀ ਲੱਤ ਕੱਟਣੀ ਪੈ ਗਈ ਹੈ, ਕੀ ਹੋਰ ਵੇਰਵਾ ਜੀ ਇਸ ਖਬਰ ਦਾ? ਦੇਖੋ ਚੰਗੀ ਖਬਰ ਇਹ ਆ ਰਹੀ ਹੈ ਕਿ ਨੌਜਵਾਨ ਕਿਸਾਨ ਜਿਹੜਾ ਕਿ ਟਰੈਕਟਰ 'ਚ ਫਸ ਗਿਆ ਸੀ, ਜਿਹਦੀ ਲੱਤ ਕੱਟੀ ਗਈ ਸੀਗੀ, ਇਹਦਾ ਆਪਰੇਸ਼ਨ ਜਿਹੜਾ ਸਫਲ ਹੋਇਆ ਹੈ, ਪਰ ਉਹ ਹੁਣ ਦੁਬਾਰਾ ਵਾਪਸ ਤੁਰ ਪਾਏਗਾ ਕਿ ਨਹੀਂ, ਕਿੰਨੀ ਰਿਕਵਰੀ ਹੁੰਦੀ ਹੈ ਇਹ ਵੇਖਣ ਵਾਲੀ ਗੱਲ ਹੁੰਦੀ ਹੈ, ਕਿਉਂਕਿ ਲੱਤ ਦਾ ਕੰਮ ਜਿਹੜਾ ਬਹੁਤ ਨਾਜ਼ੁਕ ਹੁੰਦਾ ਹੈ। ਜੀ ਜੀ ਜੀ। ਤਾਂ ਇਹ ਮਾਮਲਾ ਹਰਿਆਣੇ ਦਾ ਹੈ, ਜਿੱਥੇ ਇੱਕ ਪਿੰਡ ਦੇ ਵਿੱਚ ਪੁਲਿਸ ਪਈ ਸੀਗੀ, ਜਦੋਂ ਲੋਕਾਂ ਦੀ ਤਾਦਾਦ ਵੇਖੀ ਤੇ ਪੁਲਿਸ ਪਿੱਛੇ ਹਟ ਗਈ, ਜਦੋਂ ਉਹਨਾਂ ਨੇ ਟਰੈਕਟਰ ਟਰਾਲੀਆਂ ਕੱਢੇ ਚੰਡੀਗੜ੍ਹ ਨੂੰ ਕੂਚ ਕੀਤਾ, ਉਹ ਮਗਰ ਪਈ ਪੁਲਿਸ ਇਕੱਠੀ ਹੋ ਕੇ, ਫਿਰ ਉਹ ਕਿਤੇ ਕਿਸੇ ਨੌਜਵਾਨ ਕਿਸਾਨ ਨੇ ਟਰੈਕਟਰ ਭਜਾਇਆ ਸੀ, ਗਾਂਹ ਖੱਡੇ ਚ ਵੱਜਿਆ ਤੇ ਪਲਟ ਗਿਆ, ਤੇ ਉਹਦੀ ਲੱਤ ਜਿਹੜੀ ਸੀਗੀ ਨਾ, ਜੋ ਬਾਡੀ ਹੁੰਦੀ ਆ ਤੇ ਉਹ ਪਹੀਆ ਹੁੰਦਾ, ਉਹਦੇ ਵਿਚਾਲੇ ਆ ਗਏ, ਉਹ ਕੱਟੀ ਗਈ। ਉਸ ਤੋਂ ਬਾਅਦ ਉਹਨੂੰ ਅੰਬਾਲੇ ਦੇ ਹਸਪਤਾਲ ਖੜਿਆ ਗਿਆ, ਬਾਅਦ ਚ ਉਹਨੂੰ ਫੋਰ ਟੈਸਟ ਭੇਜ ਦਿੱਤਾ ਗਿਆ ਸੀਗਾ, ਜਿੱਥੇ ਲਾਸਟ ਅਪਡੇਟ ਇਹ ਮਿਲ ਰਹੀ ਸੀਗੀ ਕਿ ਉਹਦਾ ਆਪਰੇਸ਼ਨ ਕਰ ਦਿੱਤਾ ਗਿਆ। ਹੁਣ ਪੂਰੀ ਰਿਕਵਰੀ ਹੁੰਦੀ ਹੈ ਕਿ ਨਹੀਂ, ਉਹਦਾ ਇੰਤਜ਼ਾਰ ਕਰਨਾ ਪਏਗਾ, ਹੋ ਸਕਦਾ ਕਿ ਕੋਈ ਮੈਡੀਕਲ ਬੁਲੇਟਿਨ ਵਗੈਰਾ ਉੱਥੋਂ ਜਾਰੀ ਹੋਵੇ। ਦੂਜੀ ਗੱਲ ਜਿਹੜੀ ਹੈ ਕਿ ਅੱਜ ਜਦੋਂ ਜਹਿਦ ਹੁੰਦੀ ਰਹੀ ਚੰਡੀਗੜ੍ਹ 'ਚ ਐਂਟਰੀ ਨੂੰ ਲੈ ਕੇ, ਦੇਰ ਸ਼ਾਮ ਤੱਕ ਚੰਡੀਗੜ੍ਹ ਪੂਰਾ ਜਿੰਨੇ ਵੀ ਐਂਟਰੀ ਪੁਆਇੰਟ ਸੀਗੇ ਸਾਰੇ ਸੀਲ ਕਰਕੇ ਤੇ ਇਹਨਾਂ ਨੇ ਰੋਕਿਆ ਹੋਇਆ ਸੀਗਾ ਕਿ ਕਿਸਾਨਾਂ ਦਾ ਕੋਈ ਵੀ ਹਜ਼ੂਮ ਐਂਟਰ ਨਾ ਕਰ ਸਕੇ। ਪਰ ਇੱਥੇ ਇੱਕ ਚੀਜ਼ ਮੈਂ ਥੋੜ੍ਹੀ ਜਿਹੀ ਆਪਣੇ ਪੱਖ ਤੋਂ ਅਲੈਦਾ ਸੋਚਦਾ ਵਾਂ ਵਿਜੇ ਜੀ, ਕਿ ਇੱਕ ਪਾਸੇ ਫਸੇ ਹੋਏ ਕਿਸਾਨ ਚਾਰ ਪੰਜ ਜ਼ਿਲ੍ਹਿਆਂ ਦੇ, ਉਹ ਪੱਟੀ ਤੋਂ ਲੈ ਕੇ ਆ ਫਾਜ਼ਿਲਕਾ ਤੱਕ, ਉਹ ਤੇ ਇਮਦਾਦ ਉਡੀਕ ਰਹੇ ਆ, ਨਾ ਸਰਕਾਰ ਬੋੜ ਰਹੀ ਹੈ ਤੇ ਨਾ ਸਾਥੀ ਬੋੜ ਰਹੇ ਆ। ਮੈਨੂੰ ਲੱਗਦਾ ਕਿ ਦੇਖੋ ਘਰਾਓ ਕਰਨੇ ਆ, ਪ੍ਰਦਰਸ਼ਨ ਕਰਨੇ ਆ, ਜਦੋਂ ਮਰਜ਼ੀ ਕੀਤੇ ਜਾ ਸਕਦੇ ਆ, ਸਰਕਾਰਾਂ ਭੱਜੀਆਂ ਨਹੀਂ ਹੁੰਦੀਆਂ। ਇਹਨਾਂ ਨੇ ਅੱਜ 186 ਕਰੋੜ ਦੀ ਕਿਸ਼ਤ ਵੀ ਜਾਰੀ ਕਰ ਦਿੱਤੀ ਆ। ਮੈਨੂੰ ਇਉਂ ਲੱਗਦਾ ਕਿ ਜਿਹੜੇ ਫਸੇ ਹੋਏ ਕਿਸਾਨ ਆ, ਸਭ ਤੋਂ ਪਹਿਲਾਂ ਉਹਨਾਂ ਦੀ ਜਿੰਨੀ ਵੀ ਇਮਦਾਦ ਹੁੰਦੀ ਤੇ ਉਹ ਬਿਹਤਰ ਸੀ। ਉਸ ਤੋਂ ਬਾਅਦ ਸਰਕਾਰਾਂ ਨੂੰ ਘੇਰੇ ਜਦੋਂ ਮਰਜ਼ੀ ਪਾਏ ਜਾ ਸਕਦੇ ਆ, ਇੰਤਜ਼ਾਰ ਕੀਤਾ ਜਾ ਸਕਦਾ ਸੀ, ਪਰ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਸੀ ਇਹ ਚੰਡੀਗੜ੍ਹ ਕੂਚ ਕਰਨਾ। ਮੰਗਾਂ ਇਹਨਾਂ ਦੀਆਂ ਮੁੱਖ ਤੌਰ ਤੇ ਇਹ ਆ ਕਿ ਇੱਕ ਏਕੜ ਦਾ ਨੁਕਸਾਨ ਆ ਜਿਹੜਾ ਖਰਾਬੇ ਦਾ ਉਹ 50,000 ਦੇਵੋ, ਇੱਕ ਘਰ ਜਿਹੜਾ ਨੁਕਸਾਨਿਆ ਗਿਆ ਉਹਦਾ 5 ਲੱਖ, ਜੇ ਕੋਈ ਪਸ਼ੂ ਮਰਿਆ ਉਹਦਾ 1 ਲੱਖ ਰੁਪਈਆ, ਇਸ ਤਰ੍ਹਾਂ ਮਤਲਬ ਕਿ ਕਈ ਮੰਗਾਂ ਨੇ, ਫਹਿਰਸ ਲੰਮੀ ਆ, ਪਰ ਮੇਰਾ ਮੰਨਣਾ ਇਹ ਆ ਕਿ ਸਾਰੀਆਂ ਮੰਗਾਂ ਤੇ ਚਲੋ ਮੁਕੰਮਲ ਤੌਰ ਤੇ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ, ਕੁਛ ਮੰਗਾਂ ਤੇ ਸਹਿਮਤੀ ਬਣ ਜਾਂਦੀ ਹੁੰਦੀ ਆ, ਪਰ ਮੌਕਾ ਜ਼ਰੂਰ ਦੇਖਣਾ ਚਾਹੀਦਾ, ਵਿਚਾਰਨਾ ਚਾਹੀਦਾ ਸੀ ਮਸਲਾ। ਇੱਕ ਪਾਸੇ ਕਿਸਾਨ ਜਿਹੜੇ ਆ ਉਹ ਸੰਕਟ ਚ ਫਸੇ ਹੋਏ ਆ, ਤੇ ਦੂਸਰੇ ਪਾਸੇ ਕਿਸਾਨਾਂ ਦੀ ਇੱਕ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਸੰਘਰਸ਼ ਦੇ ਵਿੱਚ ਲਾ ਦਿੱਤੀ ਜਾਵੇ, ਤਾਂ ਸੋਚਣ ਵਿਚਾਰਨ ਦਾ ਵਿਸ਼ਾ ਜ਼ਰੂਰ ਹੈਗਾ ਜੀ। ਮਿੰਟੂ ਜੀ, ਸੰਨੀ ਦਿਓਲ ਨੇ ਹੁਣ ਐਲਾਨ ਇਹ ਕੀਤਾ, ਕਹਿੰਦੇ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਨੀਆਂ, ਇਹ ਗੱਲ ਵੀ ਆਖੀ ਹੈ ਉਸੇ ਹੀ ਗੱਲਬਾਤ ਦੇ ਵਿੱਚ, ਕਹਿੰਦੇ ਵੀ ਸਿਆਸਤ ਮੇਰੇ ਵੱਸ ਦਾ ਰੋਗ ਨਹੀਂ ਆ, ਛੱਡ ਰਹਿਣ ਦੇ ਜ਼ਿੰਦਗੀ ਇਸ਼ਕ ਤੇਰੇ ਵੱਸ ਦਾ ਨਹੀਂ, ਤੇ ਇਹਨੂੰ ਹੁਣ ਸਮਝ ਆਈ ਆ 5ਵੇਂ ਸਾਲ ਚ ਆ ਕੇ, ਤੇ ਇਹ ਆਪਣੇ ਪਾਪਾ ਤੋਂ ਪੁੱਛ ਲੈਂਦਾ। ਦੇਖੋ ਇਹਦੇ ਮੁੰਡੇ ਨੇ ਵੀ ਰਾਜਨੀਤੀ ਚ ਆ ਕੇ, ਕਿਉਂਕਿ ਫਿਲਮ ਤਾਂ ਉਹਦੀ ਵੀ ਨਹੀਂ ਚੱਲੀ, ਉਹਨੇ ਵੀ ਰਾਜਨੀਤੀ ਚ ਆ ਕੇ ਕਹਿੰਦਾ ਪਹਿਲੇ ਪਾਪਾ ਕੇ ਪਾਪਾ ਕੋ ਪਤਾ ਚਲਾ, ਫਿਰ ਮੇਰੇ ਪਾਪਾ ਕੋ ਪਤਾ ਚਲਾ, ਅਬ ਮੇਰੇ ਬੱਚੋਂ ਕੇ ਪਾਪਾ ਕੋ ਪਤਾ ਚਲਾ ਕਿ ਰਾਜਨੀਤੀ ਮੇਰੇ ਵੱਸ ਦਾ ਰੋਗ ਨਹੀਂ। ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਮੈਂ ਤੁਹਾਨੂੰ ਕਹਾਣੀ ਦੱਸ ਦਿੰਦਾ ਵਿਜੇ ਜੀ, ਕਹਾਣੀ ਇਹ ਸੀ ਕਿ ਜਦੋਂ ਗਾਇਲ ਵੰਸੀ ਅਗੇਨ ਬਣੀ ਆ 2016 ਦੇ ਵਿੱਚ, ਕਿਉਂਕਿ ਮੈਨੂੰ ਥੋੜਾ ਜਿਹਾ ਇਧਰੋਂ ਵੀ ਤਜਰਬਾ ਹੈਗਾ ਨਾ ਫਿਲਮੀ ਲਾਈਨ ਦਾ ਥੋੜਾ ਜਿਹਾ, ਵੈਸੇ ਜ਼ਿਆਦਾ ਨਹੀਂ ਜੀ, ਇਹ ਹੋ ਗਿਆ ਵੇਲਾ, ਕਰਜ਼ਈ ਹੋ ਗਿਆ ਬਹੁਤ ਜ਼ਿਆਦਾ ਸੰਨੀ ਦਿਓਲ, ਕਿਉਂਕਿ ਇਹਨਾਂ ਦੀ ਹੋਮ ਪ੍ਰੋਡਕਸ਼ਨ ਚੋਂ ਫਿਲਮ ਬਣੀ ਸੀ। ਗਾਇਲ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਉਹ ਕਾਮਯਾਬੀ ਰਿਪੀਟ ਮਾਰੂਗੀ ਜੀ, ਜਿਹੜੀ ਉਹ ਪਹਿਲੀ ਗਾਇਲ ਸੀਗੀ, ਉਹ ਡਿੱਗ ਪਈ, ਉਹ ਆਪ ਹੀ ਗਾਇਲ ਹੋ ਗਈ, ਦਰਸ਼ਕਾਂ ਨੇ ਉਹਨੂੰ ਮੂੰਹ ਨਹੀਂ ਲਾਇਆ ਜੀ, ਤੇ ਇਹ ਫਿਰਦਾ ਸੀ ਵਿਹਲਾ ਐਕਟਰ ਵਾਸਤੇ ਵਿਹਲਾ। ਦੇਖੋ ਥੱਲੇ ਥੱਲੇ ਤੁਸੀਂ ਫਿਰੀ ਜਾਓਗੇ ਨਾ, ਕੋਈ ਫਰਕ ਨਹੀਂ ਪੈਣਾ ਜੀ, ਪਰ ਫੁੱਲ ਚੜਾਈ ਹੋ ਕੇ ਜਦੋਂ ਤੁਸੀਂ ਥੱਲੇ ਡਿੱਗ ਪਏ ਨਾ, ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ। ਬਿਲਕੁਲ ਬਿਲਕੁਲ, ਇਹਨਾਂ ਚੀਜ਼ਾਂ ਦੇ ਵਿੱਚ ਇਹ ਫਰਕ ਹੈ। ਤਾਂ ਸੰਨੀ ਦਿਓਲ ਦਾ ਜਿਹੜਾ ਸਟਾਰਡਮ ਇੱਕਦਮ, ਕਿਉਂਕਿ ਇਸ ਬੰਦੇ ਨੇ ਸਟਾਰਡਮ ਮਾਣਿਆ ਕਿੰਨਾ, ਤੁਸੀਂ ਦੇਖੋ ਤੇ ਸਹੀ ਨਾ, ਬੇਤਾਬ ਤੋਂ ਲੈ ਕੇ 2006-07 ਤੱਕ ਵੀ ਸੰਨੀ ਦਿਓਲ ਬਾਅਦ ਦੇ ਵਿੱਚ ਫਿਰ ਗੱਲ ਨਹੀਂ ਸੀ ਬਣ ਰਹੀ,
अपने तो बाद तो बिल्कुल अपने भी इन्होंने आप बनाई सी चल गई सी जी पर उस तो बाद ए बहुत खर्च किया ए हो गया नंग मलंग करजाई भी हो गया नंग मलंग शब्द मैं इस तरह कर कह रहा वहां कोई ये नहीं है कि कोई उन्होंने भीख मंगनी पाई बहुत पैसा है ना कोई पर यह होंगे कि फिल्म च जो लगे सब डुब गया जी उस तो बाद काम है नहीं सी भाजपा वाले ने आख्या हेमा जी हैगी धर्मेंद्र नाल भी अच्छी है चलो मुंडा काम ला दिए कहते कितने खिलौना गुरदासपुर खिला दो जी कहते उ अक्सर एक्टर जाते रहते हैं जी तो इधर तोड़ दिता हूं तो मैं विचली गल दस देना कि हूं होना की जे हूं मां तुझे सलाम ओदा भी सीक्वल आ जाना जी इंडियन ओदा भी हो सकता सीक्वल आ जाए तो गदर थ्री तो आएगी आएगी तो यह मतलब कि सन्नी देओल दे अपने अजय सिंह देओल दे 5-7 साल वटते पे आ तो हूँ 65 साल का हो गया 70-75 तक मतलब कि सनी देओल डोलता नहीं है फिर उन्हें धर्मेंद्र वांगू उ बह जाना फार्म हाउस से उ कद वीडियो पा देगा अज मैंने कद्दू तोड़ा है अज आ परांठा खाया तो इस तरह फिर चलेगा कम तो इसे करके ही है इन्होंने पता लग गया कि हूँ फिल्म वाला कम फिर रेड़ा रिड़ पैना आ तो छोड़ो हूँ राजनीति तो जिन्ना को लैना सी सारी उम्र की पेंशन तो लवा ली है गुरदासपुरी है जानण तो उन्होंने काम जाने अगह किनू मौका देना जी मिंटू ये दस्यो जी इंडियन स्पेस रिसर्च ऑर्गेनाइजेशन है इसरो इन्हों का एग्जाम सीगा ते उदे विच कोई धांधली वगैरह हुई है कि मुन्ना भाई वाला जिहड़ा कहिंदे इहदे विच याद आ गई गलबात की होया जी हाँ जी मैं कहा कि देखो जिहड़ी भी प्रीख्या इंडिया च सुखी सन की नेपरे चढ़ जाती है ना तो लोग कहते हैं कि बल्ले 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 भाई आ तो प्राप्ति हो गई नहीं तो अक्सर इतने कदे पेपर लीक आ कदे कोई आ कदे कुछ आ आप आईलैस तक की भी वेखी है ना कि किस तरह वो कहानी जिहड़ी है चलती है इतने की है कि ये केरल दे विच एक प्रीख्या लई गई सी जिहदे विच पता लग्या कि आ हरियाणे वाले भी इस काम दे विच ना बड़ी मास्टरी करी बैठे आ आ पंजाब दे जिन्ने नकल कांड होए ना चाहे हरियाणा भी निकलेगा कोई ना कोई ते कई बार तो शेर इन्हां दा पुलिस वाला ही हुंदा है इन्ने नकल च ही बन चुके आ। अच्छा नैब तहसीलदार वाली भर्ती अपने पंजाब की बेड़ा गर्क किया हरियाणे वाले ही सी उन्होंने रैकेट बना चलाया सीगा सारा बनाया सीगा तो ये की सीगा कि कुछ असामिया वास्ते भर्ती की जा रही सी तो उहदे च इन्होंने फिर उत्थे खेड़ कर दिती खेड़ की कीती खेला किदां कीता कि वह घलाया किसी नूं बटन दे विच कैमरा फिट कर दिता बटन च कैमरा आउंदा है ना अजकल तो उहदे तो फोटो क्लिक हुंदी फोटो जांदी दूजी थां ते तो उत्थों फिर वह कन्न दे विच जिहड़ी टूटी जी फसा लैंदे आ कोई छोटी जी जिहड़ी कोई मक्खी जी बड़ी हुंदी आ कन्न दे विच तो उहदे राहीं उहनां नूं फिर आंसरिंग कीती जांदी तो वह फड़े गया तो ये हूँ ये जे फर्जी विद्यार्थी उत्थे बैठे सके मतलब कि बैठे भी किसी की जगह से सके ना तो वह फड़ ले प्रीख्या जी हूँ रद्द कर दिती है इन्हों का जोड़ा ये सारा काम कर रहा ना विजय जी जेडे असली प्रख्यार्थी होंगे जिन्हों की तैयारी होंगी आ जिन्हों का चांस हों उन्हों का बेड़ा गर्क कर देंगे ये कोई कानून च सोध करन के पेपर लीक हुंदा है जां कोई इस तरह कोई मुन्ना भाई बनता है तो उहदे ते इहो जिहा कानून होवे कि छेती कीत्या जमानत ना होवे ते कोई 5-7 साल जेल का डर होवे इत्थे कानून कमजोर ने बिल्कुल ते इस तरह ये ग्रोह जिहड़े आ उह करोड़ां रुपया कमा जांदे ने जी ते मिंटू जी इंटरनेशनल लैवल ते जिहड़ी इक खबर अज काफ़ी चर्चा दे विच आ उहदे बारे भी गल करिए जापान दे विच जदों सुनामी आई सी 211 च ते जिहड़ा उत्थे जिहड़ा सीगा न्यूक्लियर रिएक्टर फुकुशिमा वाला उहनूं जदों कूल डाउन करन वास्ते जिहड़े पानी की वरतों की जा रही सी हुण जापान ने उह पानी पैसिफिक ओशन दे विच छड्ड देना उहनूं लैके काफ़ी अज चर्चा छिड़ी हुई है ते काफ़ी लोगों इस इहनूं लैके शंके भी बहुत ने संशय बहुत ने की वेरवा जी देखो जुलाई दे विच यूएन दा जिहड़ा न्यूक्लियर वाचडॉग सीगा उसने पानी छड्डण वास्ते अप्रूवल दे दित्ती सीगी हालांकि जे तुसीं देखोगे चीन दे समेत कुछ मुल्क है साउथ कोरिया भी उहदे विच शामिल आ कि वह विरोध करते पए आ कि कोस्टल एरिया दे विच इह प्रभावित करेगा इह पानी इन्ना आ ना इन्ना आ इहनूं कढ़ण वास्ते दसदे आ कि हौली हौली 30 साल लगणगे इस तरह कढ़िया जाएगा ਇਹ ਕਹਿੰਦੇ ਆ ਕਿ ਨਹੀਂ ਨਹੀਂ ਜੀ ਕੋਈ ਖਤਰਾ ਨਹੀਂ ਹੈ ਪਰ ਜਿਹੜੇ ਉਹ ਕੋਸਟਲ ਏਰੀਆ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੇ ਜਿਹੜੇ ਮੁਲਕ ਆ ਉਹ ਕਹਿੰਦੇ ਆ ਕਿ ਇਹ ਕੰਮ ਬਹੁਤ ਖਰਾਬ ਹੋਏਗਾ ਤਾਂ ਖੈਰ ਹੁਣ ਦੇਖਦੇ ਆ ਕਿਉਂਕਿ ਜਦੋਂ ਨਿਊਕਲੀਅਰ ਵਾਚਡੌਗ ਹੀ ਜਿਹੜਾ ਯੂਐਨ ਦਾ ਉਹ ਕਹਿ ਰਿਹਾ ਤਾਂ ਫਿਰ ਮੈਨੂੰ ਲੱਗਦਾ ਕਿ ਜਾਪਾਨ ਦਾ ਪਲੜਾ ਭਾਰੀ ਹੋ ਜਾਣਾ ਹਾਲਾਂਕਿ ਬਹੁਤ ਲੰਬੇ ਸਮੇਂ ਤੋਂ ਇਹ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਅਖੀਰ ਇਹ ਫੈਸਲਾ ਹੋ ਗਿਆ
ਕਿ ਇਸ ਨਿਊਕਲੀਅਰ ਪਾਵਰ ਪਲਾਂਟ ਦਾ ਪਾਣੀ ਜਿਹੜਾ ਹੈ ਉਹ ਸਮੁੰਦਰ 'ਚ ਪਾਇਆ ਜਾਏਗਾ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਦੇਖੋ ਖੁਸ਼ਨੁਮਾ ਖਬਰ, ਆਪਾਂ ਅੱਜ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਜਾਵਾਂਗੇ। ਵੈਸੇ ਤਾਂ ਮੈਨੂੰ ਇੱਕ ਨਾ ਹੋਰ ਬੜੀ ਵਧੀਆ ਉਹ ਵੀ ਖੁਸ਼ਨੁਮਾ ਖਬਰ ਹੀ ਲੱਗੀ ਕਿ ਜੋਕੋਵਿਕ ਉਹਨੇ ਅਲਕਾਰ ਇਜ ਨੂੰ ਹਰਾ ਦਿੱਤਾ ਨਾ, 20 ਸਾਲ ਦਾ ਮੁੰਡਾ ਜਿਸਨੇ ਵਿੰਬਲਡਨ ਚ ਉਸ ਨੂੰ ਮਾਰਿਆ ਜੀ, ਤੋੜ ਕੇ ਰੱਖ ਦਿੱਤਾ, ਤੇ 33 ਸਾਲ ਦੇ ਬੰਦੇ ਨੇ ਫੇਰ ਵਾਪਸੀ ਕੀਤੀ। ਤੇ ਮੈਂ ਸੋਚ ਰਿਹਾ ਸੀਗਾ ਕਿ ਇਸ ਵਾਪਸੀ ਵਾਸਤੇ ਬੰਦੇ ਨੇ ਮਿਹਨਤ ਕਿੰਨੀ ਕੀਤੀ ਹੋਏਗੀ ਕਿ 20 ਸਾਲ ਦਾ ਮੁੰਡਾ ਫੇਰ ਢਾਉਣਾ, ਸੋਚ ਕੇ ਦੇਖੋ। ਤਾਂ ਖੈਰ ਦੂਜੀ ਚੀਜ਼ ਜਿਹੜੀ ਹੈ ਉਹ ਵੀ ਆਪਾਂ ਖੇਡ ਦੇ ਮੈਦਾਨ ਤੋਂ ਲੈਂਦੇ ਹਾਂ। ਮੈਂ ਪੰਜਾਬ ਦੇ ਇੱਕ ਪਿੰਡ ਬਾਰੇ ਦੇਖ ਰਿਹਾ ਸੀਗਾ, ਨਾਭੇ ਦੇ ਵਿੱਚ ਨਾ ਕੋਈ ਪਿੰਡ ਪੈਂਦਾ ਆ, ਨਾਂ ਤੇ ਹੁਣ ਭੁੱਲ ਗਿਆ ਮੈਨੂੰ, ਰੋਟਾ ਸ਼ਾਇਦ। ਤਾਂ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਇੱਕ ਅੱਛੀ ਪਹਿਲਕਦਮੀ ਕੀਤੀ, ਯੂਥ ਕਲੱਬ ਵਗੈਰਾ ਜਿੱਦਾਂ ਬਣੇ ਹੁੰਦੇ ਆ, ਤਾਂ ਉਹ ਘਰ ਘਰ 'ਚ ਜਾਗਰੂਕ ਕਰਦੇ ਆ ਤੇ ਨੌਜਵਾਨਾਂ ਨੂੰ ਸਪੋਰਟਸ ਦੇ ਨਾਲ ਜੋੜ ਰਹੇ ਆ। ਤਾਂ ਖੇਡ ਦੇ ਮੈਦਾਨ ਤੋਂ ਇਹੀ ਹੈ। ਤਾਂ ਉਹ 15ਵੇਂ ਦਿਨ ਇੱਕ ਮੈਰਾਥਨ ਕਰਵਾਉਂਦੇ ਆ। ਮੈਰਾਥਨ ਦੇ ਵਿੱਚ ਮਤਲਬ ਕਿ ਜਿਹੜੇ ਜੇਤੂ ਖਿਡਾਰੀ ਹੁੰਦੇ ਆ ਉਹਨਾਂ ਨੂੰ ਘਿਓ, ਬਦਾਮ, ਇਸ ਤਰ੍ਹਾਂ ਦੇ ਇਨਾਮਾਂ ਤਾਂ ਦਿੰਦੇ ਆ, ਤਾਂ ਕਿ ਖਿਡਾਰੀ ਜਿਹੜੇ ਉਹ ਗਰਾਊਂਡ ਨਾਲ ਜੁੜਨ। ਵੈਸੇ ਸਪੋਰਟਸ ਪਾਲਿਸੀ ਲੈ ਕੇ ਆਏ ਨੇ ਸਾਡੀ ਸਰਕਾਰ ਵਾਲੇ, ਤਾਂ ਇਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਕਿ ਸਾਰੇ ਗਰਾਊਂਡ 'ਚ ਲਾ ਦਿਓ, ਘੱਟੋ ਘੱਟ ਸਕੂਲੀ ਕਲਚਰ ਦੇ ਵਿੱਚ ਜੇ ਤੁਸੀਂ ਖੇਡਾਂ ਵਾੜ ਦਿਓਗੇ ਨਾ, ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਠੀਕ ਹੋ ਸਕਦੀਆਂ। ਤਾਂ ਇਹੋ ਜਿਹੇ ਪਿੰਡ ਵੀ ਹੈਗੇ ਜਿੱਥੇ ਉਹ ਆਪਣੇ ਪੱਧਰ 'ਤੇ ਇਸ ਤਰ੍ਹਾਂ ਦੇ ਯਤਨ ਕਰ ਰਹੇ ਆ, ਅਤੇ ਕਾਬਲੇ ਸਲਾਮ ਨੇ ਇਸ ਤਰ੍ਹਾਂ ਦੇ ਯਤਨ। ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਮਿੰਟੂ ਜੀ, ਅਤੇ ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ।